ਹਾਂਜੀ, ਕੀ ਹਾਲ ਆ ਸਾਰੇ ਵੀਰਾਂ ਦਾ? ਹੋਰ ਕੀ ਬਣਦਾ ਕਰਦਾ ਮੇਰੇ ਵੀਰੋ? ਕੂਤਰ ਕਤਰ ਸੈੱਟ ਆ ਵੀ ਸਾਰੇ ਵੀਰਾਂ ਦੇ ਘਰ ਪਰਿਵਾਰ ਠੀਕ ਹੈ? ਲਓ ਉਦੋਂ ਕਰਦੀ ਹਾਂ ਵਲੋਗ ਦੀ ਸਟਾਰਟਿੰਗ। ਸੁਬਹਾ ਸੁਬਹੀ 7 ਵਜੇ ਮੇਰੇ ਵੀਰੋ, 7 ਵਜੇ ਉੱਠ ਕੇ ਚਲੋ ਦੇਖਦੇ ਹਾਂ ਕੋਈ ਕੰਮ ਧੰਦਾ ਹੈ ਨਾ। ਉਹ ਤੋਂ ਪਹਿਲਾਂ ਮਾੜਾ ਜਾਂ ਮੈਂ ਜਾ ਆਵਾਂ ਕੰਮ ਹੈ ਨਾ, ਫਿਰਾ ਕੇ ਆਪਾਂ ਜਾਲ ਜੂਲ ਦਾ ਪ੍ਰਬੰਧ ਕਰਾਂਗੇ। ਹਾਂਜੀ ਮੇਰੇ ਵੀਰੋ, ਚੱਲ ਪਏ ਹਾਂ ਜੀ। ਸਪੀਡ ਲਿਮਿਟ ਹੈਗੀ ਆ ਸਿਰਫ 30 ਦੀ, 30 ਤੋਂ ਵੱਧ ਮੋਟਰਸਾਈਕਲ ਨਹੀਂ ਚੜਾ ਸਕਦੇ ਆਪਾਂ, ਠੀਕ ਹੈ ਜੀ। 30 ਤੋਂ ਵੱਧ ਚਲਾਤਾ ਬਸ ਚਲਾਣ ਕੱਟ ਕੇ ਨਾਲ ਨਾਲ ਘਰੇ ਸਿੱਧਾ, ਠੀਕ ਹੈ ਕਿ ਨਹੀਂ? ਅਤੇ ਓਕੇ, ਬਸ ਆਪਣਾ ਸਿਰਫ ਕੰਮ ਹੈਗਾ 1.5-2 ਘੰਟਿਆਂ ਦਾ, 9:30 ਮੁੜੇ ਆਉਣਾ ਹੈਗਾ ਹੈ ਨਾ ਵਾਪਸ, ਥੋੜ੍ਹਾ ਬਸ ਉਹਦਾ ਸਫਰੀ ਤੈਅ ਕਰਕੇ ਆਉਣਾ ਹੁੰਦਾ। ਅਤੇ ਚੱਕਰ ਕੀ ਮੈਨੂੰ ਨਾ ਉੱਥੇ ਪਿੰਡ ਪਿੰਡ ਦਾ ਜੀ ਨਹੀਂ ਲੱਗਦਾ, ਫਿਰ ਮੈਨੂੰ ਐਂ ਹੁੰਦਾ ਮੈਂ ਕਿਤੇ ਕਿਤੇ ਮੋਟਰਸਾਈਕਲ ਲੈ ਕੇ ਜਾਵਾਂ, ਲੰਮੀ ਵਾਰਡ ਖਿੱਚ ਕੇ ਆਵਾਂ ਬਿਨਾਂ ਗੱਲ ਤੋਂ ਹੀ ਬਸ ਹੈ ਨਾ, ਤਾਂ ਕਰਕੇ ਫਿਰ ਜਾ ਕੇ ਕੰਮ ਧੰਦਾ ਵੀ ਕਰਾਂਗੇ ਮਾੜਾ ਮੋਟਾ। ਓ ਮਾਈ ਗੋਡ ਮੇਰੇ ਵੀਰੋ, ਜਾਂਦੇ ਜਾਂਦੇ ਨੂੰ ਰਾਜ ਦਵਣੀ ਦਾ ਡਿਸਟਰੋਇਰ ਦਿਸ ਗਿਆ। ਓ ਮਾਈ ਗੋਡ ਦਵਣੀ, ਕੀ ਹੋ ਗਿਆ? ਓ ਮੈਂ ਜੀ ਨੀ ਲਾਦਾ, ਮੈਂ ਲੰਮਾ ਸਬਰ ਤੈਅ ਕਰਕੇ ਆਉਣਾ, ਬਹੁ ਭਜਾਈ ਵੀਰੋ ਕਮਲਿਆਂ ਵਾਂਗੂ ਆਇਆ ਸੇਤੀ ਬਸ, ਫਿਰ ਜਾਣਾ ਬਸ ਟੱਪਣ ਵਾਲੀ ਮੇਰੀ ਜਾਣ ਕੇ ਆਣੀ ਬਰੋ, ਜਸਟ ਕਿਡਿੰਗ। ਉਹ ਨੀਰਾ ਚੱਕਿਆ ਹੁੰਦਾ ਵਿਚਾਰਾ ਹੈ ਨਾ, ਇਹ ਹੁੰਦਾ ਸਹੀ ਕੰਮ ਵਾਲਾ ਬੰਦਾ, ਠੀਕ ਆ? ਆਹ ਹੁੰਦੇ ਆ ਵਿਹਲੇ ਬੰਦੇ ਜਾਵਾਂ, ਠੀਕ ਹੈ ਕਿ ਨਹੀਂ? ਤੜਕੋ ਤੜਕੀ ਮੂੰਹ ਧੋ ਕੇ ਨਹਾਉਣਾ ਤਾਂ ਪਾਉਂਦੇ ਨਹੀਂ ਤੁਹਾਨੂੰ ਪਤਾ ਹੈ, ਫਾਸਟ ਵਾਕਈ ਮੰਨ ਗਿਆ ਬਈ, ਕੰਮ ਵਾਲੇ ਬੰਦੇ ਦਾ ਫਰਕ ਹੁੰਦਾ। ਹਾਂਜੀ ਬਾਬੇ, ਉਹ ਆ ਗਏ ਜੀ ਇੱਧਰਲੇ ਘਰੇ। ਹਾਏ ਆਈ ਪਿੱਸੋਂ ਦੁਖੀ ਆਉਂਦਾ, ਆਏ ਇੰਨਾ ਟਾਈਮ ਤੱਕ, ਇੰਨਾ ਟਾਈਮ ਕਿਹੜਾ ਤਾਂ ਸਫ਼ਰ ਨਹੀਂ ਹੁੰਦਾ ਆਪਣੇ ਤੋਂ ਜਮਾਂ ਵੀ ਹੈ ਨਾ। ਪਹਿਲਾਂ ਤਾਂ ਆਪਣੇ ਲੋਕਰ 'ਚੋਂ ਚਾਬੀ ਕੱਢ ਗਏ, ਖੜ ਵੇਖੋ ਓਕੇ ਨਾ ਰਿਪੋਰਟਾਂ। ਅਤੇ ਹੁਣ ਬਸ ਕਰਨਾ ਕਿ ਆਪਾਂ ਪਹਿਲਾਂ ਤਾਂ ਕੈਂਪਰ ਫੜਾ ਕੇ ਆਉਣਾ ਘਰ ਮਿਸਤਰੀਆਂ ਨੂੰ, ਉਦੋਂ ਬਾਅਦ ਆਪਾਂ ਮੀਤੇ ਕੋਲ ਜਾਂਦੇ ਹਾਂ ਵੀ ਸਾਡਾ ਆਹ ਕੰਮ ਛੇਤੀ ਛੇਤੀ ਕਰ ਕੰਪਲੀਟ। ਅਤੇ ਉਦੋਂ ਬਾਅਦ ਫਿਰ ਸਾਰੇ ਕੂਤਰਾਂ ਨੂੰ ਦਾਣਾ ਪਾਣੀ ਪਾਉਣਾ ਟਾਈਮ ਨਾਲ, ਕਿਉਂ ਸਾਨੂੰ ਪਤਾ ਕੱਲ੍ਹ ਦਾ ਪਾਇਆ ਨਹੀਂ, ਮਤਲਬ ਕੱਲ੍ਹ ਪਿਆ ਸੀ ਤਾਂ ਹੀ ਨਹੀਂ ਪਾਇਆ, ਅਤੇ ਅੱਜ ਮੁੱਕ ਗਿਆ ਅਤੇ ਅੱਜ ਟਾਈਮ ਨਾਲ ਪਾਵਾਂਗੇ। ਹਾਂਜੀ ਮੇਰੇ ਵੀਰੋ, ਹੋਰ ਜੀ ਕੋਚ ਸਾਹਿਬ ਕਰਕੇ ਕੰਮ ਸਟਾਰਟ ਬਈ? ਚਲੋ ਸਾਰਾ ਨਾਲੋਂ ਇੰਜਣ ਮੇਰਾ ਡਾਊਨ ਹੈ, ਅਤੇ ਪਰ ਫਿਰ ਵੀ ਕੰਮ ਕਰਾਂਗੇ ਤਾਂ ਅਸੀਂ ਜਾਲ ਲਾਵਾਂਗੇ। ਜੈ ਹਿੰਦ, ਚਲੋ। ਹਾਂਜੀ ਬਾਬੇ, ਅਤੇ ਇੱਧਰ ਆਪਣੇ ਜਾਨਵਰਾਂ ਨੂੰ ਦਾਣਾ ਪਾਣੀ ਪਾ ਦਈਏ ਬਈ, ਹੈ ਨਾ, ਘਰ ਵਾਲੇ ਪਾਸੇ ਕਰਾਂ, ਫਿਰ ਉੱਧਰਲੇ ਪਾਸੇ ਪਾਉਣੇ ਆ ਚੱਲ ਕੇ। ਅਤੇ ਗਰਮੀ ਬਹੁਤ ਆ ਫਿਰ, ਉਹ ਤੋਂ ਵਾਲ ਹੁਣ ਐਂ ਲੱਗਦਾ ਜਿਵੇਂ ਤੰਗ ਕਰੀ ਜਾਂਦੇ ਹੁੰਦੇ ਆ। ਲਓ ਜੀ ਪਹਿਲੇ ਨੰਬਰ 'ਤੇ ਆਪਣੀਆਂ ਰੱਖੀਏ ਖੰਡਾਂ ਨੂੰ ਗਾਣੇ। ਆਇਓ 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 ਪੁੱਤ, ਅਤੇ ਬੱਚਾ ਵੀ ਬਰੇਕ ਕਾਫੀ ਵੱਡਾ ਕਰ ਲੱਗਾਂਗਾ, ਉਹ ਦੇਖੋ ਸਾਹਮਣੇ, ਮੰਨ ਕੇ ਚਲੋ ਵੀ ਮਰਦਾ ਮੁਰਦਾ ਤਾਂ ਨਹੀਂਗਾ, ਅਤੇ ਪਾਲ ਜੂਗਾ ਵਧੀਆ, ਕੋਈ ਦਿੱਕਤ ਵਾਲੀ ਗੱਲ ਨਹੀਂ। ਰੱਖੀਏ ਵੱਡੇ ਕਬੂਤਰਾਂ ਨੂੰ। ਆਇਓ 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 ਆਇਓ, ਵੈਸੇ ਇਹਨਾਂ ਕੋਲ ਕੱਲ੍ਹ ਵਾਲੇ ਪਏ ਸੀ ਦਾਣੇ, ਉਹ ਦੇਖੋ, ਚਲੋ ਆਪਾਂ ਹੋਰ ਪਾ ਤੇ ਉਹਦੇ। ਲਓ ਜੀ, ਅਤੇ ਨਾਲ ਦੀ ਨਾਲ ਇੱਧਰ ਵਾਟਰ ਵੀ ਪਾ ਦਾ ਬਾਈ, ਕਬੂਤਰਾਂ ਵਾਲੇ ਪਾ ਦੇ, ਨੂੰਹਾਂ ਵੈਸੇ ਜੀ ਵੱਜ ਕੇ ਬਾਹਰ ਹੀ ਟੱਪ ਗਿਆ ਸੀਗਾ। ਹੋਏ ਚਲੋ ਕੋਈ ਨਾ, ਕਿੰਨੇ ਕਬੂਤਰ ਹੈਗੇ ਇੱਧਰ? 2, 4, 6, 7, 8, 9 ਕਬੂਤਰ ਹੈਗੇ। ਲਓ ਜੀ, ਅਤੇ ਇੱਧਰ ਆਪਣੀਆਂ ਖੰਡਾਂ ਨੂੰ ਵੀ ਪਾ ਦੀਏ ਨਾਲ ਦੀ ਨਾਲ, ਪਹਿਲੇ ਦਾਣੇ ਉਦੋਂ ਬਾਅਦ ਪਾਣੀ, 1 ਮਿੰਟ ਹੋ ਜਾਣ ਦੇ ਨੂੰ ਫਿੱਲ। ਲਓ ਜੀ ਭਰ ਗਿਆ ਪੂਰਾ, ਅਤੇ ਉੱਤਰਾ ਇਹ ਢਾਕ, ਮੇਰੇ ਹਿਸਾਬ ਨਾਲ ਹੁਣ ਜਿੰਨੇ ਦਾਣਾ ਪਾਣੀ ਪਾਇਆ ਇਹਨਾਂ ਨੂੰ 2 ਦਿਨ ਨਹੀਂ ਲੋੜ ਹੈ ਨਾ ਦਾਣੇ ਪਾਣੀ ਦੀ। ਹਾਂਜੀ ਬਾਬਿਓ, ਆ ਗਈ ਜੀ ਦਿਲੇ ਘਰੇ, ਦਾਣਾ ਪਾਣੀ ਪਾ ਕੇ
ਥੱਕ ਗਏ ਓਏ ਚੋਬਰਾ, ਦਾਣਾ ਪਾਣੀ ਪਾਉਂਦੇ ਪਾਉਂਦੇ ਗਰਮੀ ਬਾਹਲੀ ਸੌਂ ਲੱਗੇ, ਮਸਾਂ ਦੋ ਖੁੱਡਿਆਂ ਦਾਣਾ ਪਾਣੀ ਪਾ ਕੇ ਆਇਆ ਮੈਂ। ਅਤੇ ਇੱਧਰ ਕੋਚ ਸਾਹਿਬ ਲੱਗੇ ਪਏ ਨੇ, ਸਾਨੂੰ ਦੱਸਿਆ ਸੀਗਾ ਜਿਵੇਂ ਕਿ ਤਿਆਰ ਕਰਨਾ ਆਪਣਾ ਸੈਟਅਪ ਦਾ ਸਾਰਾ ਕੰਮ। ਅਤੇ ਅੱਜ ਯਾਰ ਨਾ ਵੱਡੀ ਉਮੀਦ ਆ ਵੀ ਊਂ ਤਾਂ ਜਾਲੀ ਵੀ ਲਾ ਦਿੰਦੇ ਸੀ, ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਪਰ ਅੱਜ ਅਜੇ ਸਾਡੇ ਤੋਂ ਸਿਰਫ ਫਰੇਮ ਫਰੇਮ ਹੀ ਬਣੂ, ਉੱਦੂ ਬਾਅਦ ਤੁਹਾਨੂੰ ਪਤਾ ਵੀ ਮੈਨੂੰ ਥੋੜ੍ਹਾ ਜਿਹਾ ਕੰਮ ਆ ਹੈ ਨਾ ਤਾਂ ਕਰਕੇ। ਅਤੇ ਫਰੇਮ ਫਰੇਮ ਬਣਾ ਕੇ ਰੋਕ ਦਿਆਂਗੇ ਜਾਲੀ, ਫਿਰ ਉਦੋਂ ਬਾਅਦ ਚਲਾ ਦਿਆਂਗੇ, ਜਾਲੀ ਤਾਂ ਘੰਟੇ ਦਾ ਕੰਮ ਰਹੇਗਾ ਸਾਰੇ। ਠੀਕ ਹੈ ਕਿ ਨਹੀਂ, ਉਹ ਦੇਖਦਾ ਆਪਣੇ ਅੰਦਰ ਖਿੱਚੀ ਜਾਂਦਾ ਕੰਮ। ਲਓ ਜੀ ਲਾ ਲੈਂਦੇ ਫੀਤੇ ਦਾ, ਕੀ ਹੈ ਇਹ, ਲਓ ਖੋਲ ਲਏ ਜੀ ਇੱਧਰ ਆਪਣੇ ਜੋੜੀਆਂ ਵਾਲੇ ਖੁੱਡੇ ਵੀ ਲੈ ਕੇ ਬਾਬੇ ਦਾ ਨਾਂ। ਅਤੇ ਇਹਨਾਂ ਨੂੰ ਵੀ ਕੀ ਕਹਿੰਦੇ ਹੁੰਦੇ ਆ, ਪਾਈਏ ਦਾਣਾ ਪਾਣੀ, ਆਇਓ ਇਹ ਚੋਬਰੋ। ਅਤੇ ਪਾਣੀ ਵੀ ਪਾਉਣ ਵਾਲਾ ਬਰੋ, ਪਾਣੀ ਵੀ ਜਿੱਦਣ ਦੇ ਖੁੱਡੇ ਛੱਡੇ ਉੱਦਣ ਦੇ ਹੀ ਪਾਇਆ ਇਹਨਾਂ ਨੂੰ, ਪਰ ਵੈਸੇ ਪਿਆ ਇੰਨਾ ਪਾਣੀ ਪੀਤਾ ਨਹੀਂ ਨਾ, ਕਬੂਤਰ ਘੱਟ ਆ ਤਾਂ ਕਰਕੇ ਪਾਣੀ ਵਾਲੇ ਭਾਂਡੇ ਵੱਡੇ ਹੈਗੇ। ਲਓ ਜੀ ਰੱਖੀਏ ਇੱਧਰ ਆਪਣੇ, ਹਾਏ ਹੋਏ ਘੋੜੇ ਅਤੇ ਘੋੜੀਆਂ ਨੂੰ ਦਾਣੇ, ਆਇਓ 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 ਬੇਟਾ ਖਾ ਲਓ, ਆਹ ਖੁੱਡੇ ਠੰਡੇ ਠੰਡੇ ਪਏ ਆ। ਲਓ ਜੀ ਅਤੇ ਇੱਧਰਲੇ ਪਾਸੇ ਵੀ ਰੱਖ ਦਈਏ ਦਾਣੇ, ਆਇਓ 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 ਪੁੱਤ। ਹੁਣ ਚੱਲੇ ਅਸੀਂ ਘਰੋਂ ਘਰੀ, ਕੰਮ ਕਰਤਾ ਬਹੁਤ ਅਸੀਂ, ਅਤੇ ਕੰਮ ਕੁੰਮ ਕਰਕੇ ਗਏ ਥੱਕ, ਹੁਣ ਜਾਂਦੇ ਹਾਂ ਅਸੀਂ, ਚਲੋ ਰੈਸਟ ਟਾਈਮ ਹੈ ਸਾਡਾ ਹੈ। ਮਜ਼ਾਕ ਕਰੀਏ ਨਾ ਬਾਬੇ, ਕੋਈ ਨਹੀਂ ਇਹ ਤਾਂ ਮਾੜਾ ਮੋਟਾ ਅੰਬਾ, ਥੋੜ੍ਹੇ 10 ਮਿੰਟਾਂ 'ਚ ਫਿਰ ਮੇਲੇ ਹੋ ਜਾਣਗੇ, ਅਸੀਂ ਜਾਂਦੇ ਹਾਂ ਬਾਥਰੂਮ ਉਹ ਆਪਣਾ ਕੁੰਡੇ ਕਾਂਡੇ ਜੇ ਅਤੇ ਕਬਜ਼ੇ ਅਤੇ ਕੁਛ ਪੱਤੀ ਪੁੱਤੀ ਲੈਣ, ਮਾੜਾ ਮੋਟਾ ਜਿਹੜਾ ਸਮਾਨ ਘਰ ਦਾ ਵੱਧਦਾ ਸਾਰਾ ਇਹਦੇ ਵਾਲਾ, ਅਤੇ ਉਹਨੇ ਉਹ ਵੱਢ ਕੇ ਸਿੱਧੀਆਂ ਸਿੱਧੀਆਂ ਕਰਕੇ ਬਾਰੀ ਬੂਰੀ ਦਾ ਜੁਗਾੜ ਕਰਦਾ। ਲਓ ਭਾਈ ਆ ਗਏ ਘਰ ਲੈ ਕੇ ਸਮਾਨ ਪੱਤਾ ਮਾੜਾ ਮੋਟਾ। ਹਾਂਜੀ ਬਾਬੇ, ਅਤੇ ਅੱਜ ਅਸੀਂ ਆਹ ਕੰਮ ਧੰਦਾ ਕੀਤਾ ਵੀ, ਠੀਕ ਹੈ, ਫਰੰਟ ਸਾਈਡ ਬਣਾਈ ਆ ਅਤੇ ਵਿਚਲੀ ਬਾਰੀ ਬਣ ਜਾਣੀ ਸੀ ਅਤੇ ਬਾਰੀ ਲੱਗ ਜਾਣੀ ਸੀ ਉਹ ਸਮਾਨ ਨਾਲ, ਹੈ ਨਾ, ਕੁੰਡੇ ਕਾਂਡੇ ਅਤੇ ਦੂਜੇ ਆਪਣੇ ਆਹ ਕੁੰਡਾ ਹੋ ਗਿਆ, ਜਿਵੇਂ ਆਪਣੀ ਆਹ ਹੋ ਗਈ ਕੀ ਕਹਿੰਦੇ ਹੁੰਦੇ ਉਹਨੂੰ, ਕਬਜ਼ੇ ਹੋ ਗਏ, ਕਾ ਪੱਤੀ ਵਿਚਾਲੇ ਸਪੋਰਟ ਵਾਸਤੇ ਹੋ ਗਈ, ਅਤੇ ਆਪਦੇ ਵਾਸਤੇ ਲਿਆਂਦੀ ਆ ਭਾਈ ਦਵਾਈ, ਇੱਕ ਤਾਂ ਬੁਖਾਰ ਹੋਇਆ ਪਿਆ ਅਤੇ ਇੱਕ ਹਾਰਟ ਬੀਟ ਵਧੀ ਪਈ ਆ, ਹੈ ਨਾ, ਆਹ ਦੇਖੋ ਇੰਨੀ ਦਵਾਈ ਲੈ ਕੇ ਆਏ ਹਾਂ। ਬਸ ਖਤਮ ਹੋਣ ਵਾਲਿਆ ਬਲਜੀਤ ਨੂੰ ਕਹਾਣੀ, ਬਸ ਡੈਡ ਹੈ ਤੋਂ ਬਾਅਦ, ਅਸੀਂ ਉਹਦਾ ਸਾਂਝ ਨਹੀਂ, ਧੜਕਣ ਵੱਧ ਕਾਹਦੇ ਨਾਲ ਜਾਂਦੀ ਆ, ਬੁਖਾਰ ਕਿਵੇਂ ਚੜ੍ਹ ਜਾਂਦਾ, ਬਲੱਡ ਘੱਟ ਜਾਂਦਾ ਲੈ ਨਾਲ ਦੀ ਨਾਲ ਹੀ, ਕਮਜ਼ੋਰੀ ਯਾਰ ਫਿਰ, ਇਹ ਕਮਜ਼ੋਰੀ ਤਾਂ ਨਹੀਂ, ਬਸ ਇਹ ਕਮਜ਼ੋਰੀ ਤਾਂ ਇੱਥੇ ਨਹੀਂ ਦੂਰ ਹੁੰਦੀ, ਉੱਥੇ ਆ ਕੇ ਦੂਰ ਹੋਊਗੀ ਸਿੱਧੀ, ਬਸ ਫਿਰ ਹੱਲ ਹੀ ਕੋਈ ਨਹੀਂ ਇਹ ਚੀਜ਼ ਦਾ। ਚਲੋ ਠੀਕ ਆ ਬਰੋ ਯਾਰ, ਦੇਖਦੇ ਹਾਂ ਯਾਰ, ਕੋਈ ਕੰਮ ਕੁੰਮ ਕੀਤਾ ਤਾਂ ਕੀ ਨਹੀਂ ਕਰਦਾ, ਸੌਣ ਲੱਗੇ ਹੋਰ ਹੀ ਹੋਈ ਜਾਂਦਾ ਯਾਰ, ਚਿੱਤ ਕਾਲੇ ਜਿਹਾ ਪਈ ਜਾਂਦਾ ਮੇਰਾ ਤਾਂ, ਭੈਣ ਚੋਦਾ। ਹਾਂਜੀ ਭਾਈ ਫਿਰ ਆ ਗਏ ਵਾਪਸ ਘਰੇ, ਅਤੇ ਲਾਈਟਾਂ ਲੁੱਟਾਂ ਦੇਖੋ ਹਜੇ ਸਾਡੀਆਂ ਅੰਦਰਲੀਆਂ ਬਾਹਰਲੀਆਂ ਸਭ ਜਗੀ ਜਾਂਦਾ ਕਹਿੰਦਾ, ਅਤੇ ਟਾਈਮ ਹੋ ਗਿਆ 2:00, ਦੂਜੇ ਦਿਨ ਤਾਂ ਛੱਡਣ ਦਾ ਟਾਈਮ ਹੋ ਗਿਆ ਸੀ, ਅਤੇ ਪਰ ਹੁਣ ਬੰਦ ਕਰਤੀਆਂ ਇਹ ਓਕੇ ਰਿਪੋਰਟਾਂ ਨੇ, ਅਤੇ ਉਹ ਕੰਮ ਬਈ ਮੈਂ ਦਿੱਤਾ ਸੀ ਰੋਕ, ਵੈਸੇ ਤਾਂ ਮੈਂ ਜਾਣਾ ਸੀ ਕੰਮ 'ਤੇ ਪਰ ਮੈਂ ਗਿਆ ਨਹੀਂ ਹਜੇ ਤੱਕ, ਤਾਂ ਸ਼ਾਇਦ ਰੱਬ ਕਰੇ ਵੀ ਜਾ ਆਪਣਾ, ਰੱਬ ਕਰੇ ਨਾ, ਕੁਛ ਵੀ ਹੋ ਸਕਦਾ ਬਰੋ, ਹੈ ਨਾ, ਆਪਣੇ 'ਤੇ ਕੁਛ ਡਿਪੈਂਡ ਨਹੀਂ ਗਾ, ਆਪਣੇ 'ਤੇ ਕੁਛ ਨਿਰਭਰ ਨਹੀਂ ਗਾ, ਠੀਕ ਹੈ ਕਿ ਨਹੀਂ। ਅਤੇ ਇੱਧਰ ਭਤੀਜਾ ਜੀ ਵੀ ਆਏ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ ਜੀ, ਸਤਿ ਸ਼੍ਰੀ ਅਕਾਲ ਗੋ, ਅਤੇ ਸੈੱਟ ਹੈ ਕੰਮ, ਆਹ ਵਧੀਆ ਇਹ ਬਣਾਈ ਜਾਂਦੇ ਸੀ ਚੰਗਾ ਭਲਾ, ਆਹ ਕੰਮ ਰੋਕਤਾ ਮੈਂ ਵੀ, ਮੈਂ ਫਿਰ ਆਪ ਕੰਮ ਜਾਣਾ ਸੀ, ਮੈਂ ਰੋਕ ਦਿਓ ਫਿਰ ਕਰਾਂਗੇ, ਮੈਂ 2 ਦਿਨਾਂ ਬਾਅਦ ਕਰਾਂਗੇ ਉਹਨੂੰ ਆਪਾਂ, ਮੀ ਤਾਂ ਕਹਿੰਦਾ ਪਹਿਲਾਂ ਤੂੰ ਪਹਿਲਾਂ ਰੌਲਾ ਪਾਉਂਦੀ ਸੀ, ਕਰਕੇ ਦੇ ਹੁਣ ਕਰਕੇ ਦੇਣਾ, ਹੁਣ ਤੂੰ ਕਰਾਉਂਦਾ ਨੀਗਾ, ਮੈਂ ਹਾਂ ਹੀ ਹੈ ਭਰਾ ਸਾਡਾ ਕੰਮ। ਹਾਂਜੀ ਮੇਰੇ ਵੀਰੋ, ਮੀ ਐਂਡ ਮਾਈ ਭਾਣਜਾ ਜੀ, ਹਾਂ ਭਤੀਜਾ ਜੀ ਹੋਊਗਾ, ਗਲਤ ਹੋ ਗਈ, ਆਊਟ ਹੋਇਆ ਪਈ, ਆਣਾ ਕੋਈ ਡੱਕਾ ਪਤਾ ਨਹੀਂ ਕੀ ਪਕਾਈ ਮਰੀ ਜਾਂਦਾ ਹੈ, ਮੀ ਐਂਡ ਮਾਈ ਭਤੀਜਾ ਜੀ ਚੱਲੇ ਹੈ, ਠੀਕ ਹੈ, ਨਾਲ ਨਾਲ ਸਿਆਣੇ ਮਿਆਣੇ ਬੰਦੇ ਦੀ ਸਟਾਰ ਲਵਾਉਂਗਾ, ਵੇਖੀ ਚਲੋ ਇਹ ਬੰਦਾ ਵੀ, ਠੀਕ ਹੈ, ਕੋਈ ਗਲਤ ਕੰਮ ਨਹੀਂ, ਸਾਡੀਆਂ ਗੱਲਾਂ ਸੀਰੀਅਸ ਨਾਲ ਕਰੀ, ਮਜ਼ਾਕ ਕਰ ਦਿੰਦਾ ਮੇਰੇ ਵੀ, ਠੀਕ ਹੈ,
ਊਂ ਸ਼ੁਗਲ ਮੇਲਾ ਕਰਨ ਬਸ ਕਦੇ ਐਂ ਖਿੱਚਦੀ ਕਾਰ ਲੈ ਕਦੇ ਮੋਟਰਸਾਈਕਲ ਖਿੱਚਦਾ ਤੜਕੇ ਦਾ ਪਾਇਆ ਦੋ ਢਾਈ 302 'ਚ ਪਾਇਆ ਉਹ ਤੜਕਦਾ ਪਿਆ ਹੀ ਫਿਰਦਾ ਮੈਂ ਹੁਣ ਇਹਨੂੰ ਪਿਆ ਹੀ ਫਿਰਾਂਗੇ ਬਸ ਅਸੀਂ ਇੰਨਾ ਦਿਨ ਛਿਪਜੂ ਸਾਡਾ ਠੀਕ ਹੈ ਅਤੇ ਬਸ ਇੰਨਾ ਦਿਮਾਗ ਸੈੱਟ ਵੈੱਟ ਹੋ ਜਾਂਦਾ ਹੈਗਾ ਬਾਬਾ ਭਲਾ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਦਾਤਿਆ ਮਿਹਰ ਕਰੀ ਪਚਾ ਲਈ ਕੋਈ ਦਿੱਕਤ ਨਹੀਂ ਮੈਂ ਫਿਰ ਇਦਾਂ ਵਲੋਗ ਆਇਆ ਕਰਾਂਗੇ ਚੰਗੇ ਚੰਗੇ ਤੁਹਾਡੇ ਕੋਲ ਕੀ ਹੋ ਗਿਆ ਓਏ ਗੇਰੀ ਹੱਥ ਜਾ ਗਿਆ ਓਏ ਸੱਚੀ ਰੋਕ ਰਾਕ ਭੈਣ ਨੇ ਇਹਨੂੰ ਲੱਦੜਨਾ ਦੇ ਸਾਰਿਆਂ ਨੂੰ ਇਹ ਕਿਤੇ ਸੱਚੀ ਓਏ ਤਿਘਾਈ ਓਏ ਆ ਕੀ ਬਣਾਉਂਦੀ ਜਾਦੂ ਜਿਹੜੀ ਜੀ ਆ ਕੁੱਤਾ ਕੰਮ ਹੀ ਆ ਓਏ ਚਲੋ ਕੋਈ ਨਾ ਬਚਦਾ ਹਜੇ ਵੀ ਮੌਸਮ ਹੈ ਸੁਹਾਣਾ ਬਾਰਿਸ਼ ਹੈ ਪੈਂਦੀ ਅੱਜ ਉਹ ਤੀਜਾ ਜੀ ਮੋੜ ਲਿਆ ਕਰਾਂ ਗੱਡੀ ਠੀਕ ਹੈ ਤੁਹਾਨੂੰ ਦੱਸਿਆ ਬਸ ਗੇੜੀ ਰੂਟਾਂ 'ਤੇ ਆ ਅਸੀਂ ਅਤੇ ਦਿਨ ਠਰ ਜੇ ਬਸ ਜਿੰਨਾ ਠਰ ਜੇ ਉਨਾ ਹੀ ਵਧਗਾ ਹੈ ਨਾ ਕਿਉਂ ਚੱਕਰ ਕੀ ਹੈ ਵੀ ਕਾਲੇ ਕੱਪੜੇ ਪਾਏ ਹੋਏ ਹੈ ਅਤੇ ਗਰਮੀਆਂ ਵਿੱਚ ਕਾਲੇ ਕੱਪੜੇ ਪਾਵਣਾ ਹੈ ਕਿਸੇ ਉਹ ਜਿਵੇਂ ਇੰਸਟਾਗ੍ਰਾਮ 'ਤੇ ਰੀਲਾਂ ਚੱਲਣ ਸੀ ਸਰ ਮਸੂਲੀ ਹੀ ਪਾ ਸਕਦੇ ਨੇ ਉਹ ਕੰਮ ਹੋਇਆ ਪਿਆ ਆ ਜਾਓ ਮੋੜ ਲਿਆ ਹੁਣ ਬੇਫਿਕਰ ਆਪਾਂ ਡਰੋ ਨਾ ਬੇਬੀ ਤਿੱਤਲੀ ਜੰਗ ਹੁਣ ਆਪਾਂ ਆ ਜਾ ਕੱਢੋ ਬਾਹਰ ਕਰਾਂ ਘਰ ਮੁੜ ਕੇ ਕਰੀ ਠੱਲਿਆ ਇਹਨੂੰ ਹਾਂ ਭਤੀਜਾ ਜੀ ਮੰਨ ਗਏ ਮੰਨ ਗਏ ਆਪਦੇ ਚਾਚੇ ਨੂੰ ਦੱਸੋ ਸ਼ਰਮਾ ਰਹੇ ਹੋ ਇਟਸ ਪਾਰਟੀ ਟਾਈਮ ਮੇਰੇ ਵੀਰੋ ਠੀਕ ਹੈ ਜੀ ਅਤੇ ਖੋਲੀਏ ਆਪਣਾ ਲੋਕ ਜੈਡ ਸਕਿਉਰਟੀ ਇਟਸ ਇੱਕ ਵਾਰੀ ਹੋਰ ਪਾਰਟੀ ਟਾਈਮ ਮੇਰੇ ਵੀਰੋ ਅਤੇ ਬਾਬੇ ਉਹ ਮੈਂ ਬਾਦਲ ਨੂੰ ਲੈ ਕੇ ਆਇਆ ਸੀ ਨਾ ਇਹ ਤੋਂ ਪਹਿਲਾਂ ਲੈ ਕੇ ਆਇਆ ਸੀ ਬਰਗਰ ਅਤੇ ਕੁਲਚੇ ਹੁਣ ਲੈ ਕੇ ਆਇਆ ਮੈਂ ਗੋਲ ਗੱਪੇ ਖਾਣ ਨੂੰ ਮੇਰਾ ਜੀ ਕਰਿਆ ਤੁਹਾਨੂੰ ਸਹੀ ਦੱਸਾਂ ਤਾਂ ਖਾਣ ਦਾ ਹੈ ਨਾ ਅਤੇ ਮੈਂ ਦੇਖਣਾ ਆਪਣੀ ਕੋਠੀ 'ਤੇ ਇੱਕ ਕਬੂਤਰ ਬੈਠਾ ਬਾਈ ਨਵਾਂ ਕਬੂਤਰ ਹੈ ਵੀ ਬੱਚਾ ਹੀ ਕਿਸੇ ਦਾ ਇੱਕ ਮਿੰਟ ਰੋ ਖੜ ਜਾਓ ਤੁਹਾਨੂੰ ਜੂਮ ਮਾਰ ਕੇ ਦਿਖਾਵਾਂ ਮੈਂ ਬਰੋ ਵਾਧਾ ਫੱਕ ਇਹਨੂੰ ਕੀ ਹੋਈ ਜਾਂਦਾ ਯਾਰ ਜੂਮ ਕਿਉਂ ਨਹੀਂ ਕਰਦਾ ਇਹ ਨਾ ਉਦਣ ਜੂਮ ਕੀਤਾ ਨਾ ਅੱਜ ਕਰ ਰਿਹਾ ਦੇਖੋ ਲੈ ਉਹ ਬੇਟਾ ਹਾਂ ਬਾਬੇ ਹੁਣ ਸਹੀ ਆ ਹੁਣ ਮੈਂ ਸਿੱਧਾ 3x ਹੀ ਕਰਕੇ ਦੇਖਿਆ ਉਹ ਵੇਖੋ ਬੱਚਾ ਕਿਸੇ ਦਾ ਲਾਲ ਜੀਨਾ ਯਾਰ ਵੈਸੇ ਤਾਂ ਫੜ ਫੁੜ ਲੈਂਦੇ ਹੈ ਨਾ ਅਤੇ ਪਿੰਡ 'ਚ ਨਾ ਆਪਣੇ ਮਤਲਬ ਵੀ ਇੱਕ ਹੋਰ ਜਿਹੜਾ ਮੁੰਡਾ ਉਹਦੇ ਬਿਮਾਰੀ ਪਈ ਹੋਈ ਆ ਵੀ ਉਹਦਾ ਨੋਟ ਡੱਟ ਕੇ ਆ ਗਿਆ ਮੈਨੂੰ ਤਾਂ ਇਹ ਹੈ ਕਿਤੇ ਵੀਡੀਓ ਦੇ ਚੱਕਰਾਂ 'ਚ ਵਾਹਣ ਹੋ ਜਾਏ ਹੈ ਨਾ ਤਾਂ ਕਰਕੇ ਹੁਣ ਬਿਮਾਰੀ ਇੱਕ ਜ਼ਿਆਦਾ ਚੱਲੀ ਹੋਈ ਆ ਬਈ ਵਾਇਰਸ ਵੂਰਸ ਹੈ ਨਾ ਲੱਕ ਵਾ ਝੋਲਾ ਉਹ ਚੀਜ਼ਾਂ ਤੋਂ ਵੈਸੇ ਤਾਂ ਜਿੰਨੀ ਬਚਤ ਰਹੇ ਉਨਾ ਹੀ ਚੰਗਾ ਪਰ ਦੇਖਣ 'ਚ ਤਾਂ ਸਹੀ ਲੱਗਦਾ ਖੰਭ ਖੁੰਭ ਫਰੋਲੀ ਜਾਂਦਾ ਚਲੋ ਦੇਖ ਲੈਂਦੇ ਹਾਂ ਤਾਂ ਟਰਾਈ ਟੂ ਕੈਚ ਨਿਊ ਬੇਬੀ ਪਿਜਨ ਕਰ ਦਿੰਦੇ ਹਾਂ ਸ਼ਾਇਦ ਨੂੰ ਉੱਡਦਾ ਵੀ ਦੇਖਿਆ ਜਦੋਂ ਪਹਿਲਾਂ ਗੁਲਾਬੀ ਜਿਹਾ ਬਗਲਾ ਮੈਨੂੰ ਲੱਗਦਾ ਪਹਿਲਾਂ ਇੱਧਰੋਂ ਐਂ ਟੱਪਿਆ ਜਾਂਦਾ ਸੀਗਾ ਇਹ ਹਾਂਜੀ ਬਾਬਿਓ ਦੇ ਵਲੋਗ ਦੀ ਐਂਡਿੰਗ ਰਹਿ ਗਈ ਸੀ ਵੀ ਗੱਲ ਕਰਨ ਵਾਲੀ ਅਤੇ ਮੈਂ ਹਾਂ ਚਲੋ ਅੱਜ ਕਰ ਦਿੰਦੇ ਹਾਂ ਬਾਕੀ ਐਂਡਿੰਗ ਨੂੰ ਕੋਈ ਏਡਾ ਬੜਾ ਕੀ ਭੈਣ ਨੇ ਤੋ 10 ਮਿੰਟਾਂ ਦੀ ਵੀਡੀਓ ਜਿੰਨਾ ਕੁਝ ਹੋਇਆ ਨਾ ਇਹ 2-3 ਮਿੰਟਾਂ ਦੀ ਭਕਾਈ ਨਾ ਤਾਂ ਵੀ ਕੋਈ ਹੋਰ ਨਾ ਕੁਛ ਹੋ ਜਾਏ ਕਿ ਨਹੀਂ ਅਤੇ ਮੈਂ ਹਾਂ ਚਲੋ ਫਿਰ ਵੀ ਯਾਰ ਸਵਾਦ ਜਾਂ ਨਹੀਂ ਆਉਂਦਾ ਹੈ ਨਾ ਵੀ ਪਤਾ ਹੀ ਨਹੀਂ ਲੱਗਦਾ ਕਿੱਥੇ ਆ ਵੀਡੀਓ ਦਾ ਮੂੰਹ ਸਿਰ ਮਾੜੀ ਮੋਟੀ ਮੈਂ ਨਾਲ ਤਾਂ ਵੀਡੀਓ ਲੰਬੀ ਹੋ ਜੂਗੀ ਮੈਨੂੰ ਫਾਇਦਾ ਹੋ ਜੂ ਇਹਦੇ ਨਾਲ ਨਾਲੇ ਕੋਈ ਗੱਲਬਾਤ ਦੀ ਜੁੜ ਜੂਗੀ ਬਾਕੀ ਯਾਰ ਥੰਬਨੇਲ ਭਾਲੀ ਜਾਂਦਾ ਵੀ ਏਡਾ ਕੋਈ ਚਾਹੀਦਾ ਕੰਮ ਤਾਂ ਕੀਤਾ ਨਹੀਂ ਥੰਬਨੇਲ ਲੱਗ ਗਏ ਕਾਹਦਾ ਹੈ ਨਾ ਅਤੇ ਚਲੋ ਤਾਂ ਮੇਰੀ ਸਿਰਦਰਦੀ ਉਹ ਤਾਂ ਮਾਪੇ ਕਰ ਲੈਣਾ ਹੁੰਦਾ ਸਾਰਾ ਕੁਛ ਅਤੇ ਇੱਕ ਚੀਜ਼ ਦਿਖਾਉਣੀ ਤੁਹਾਨੂੰ ਸੱਚ ਯਾਰ ਮੈਂ ਹੁਣ ਕੋਈ ਆਇਆ ਨਹੀਂ ਪਤੰਦਰ ਦਾ ਯਾਰ ਨਾ ਕਬੂਤਰ ਜਵਾਹ ਫਿਰਦੇ ਯਾਰ ਨਵੇਂ ਆਪਣੇ ਪਿੰਡ 'ਚ ਬਰੋ ਇੱਕ ਦੀ ਬਗਲ 'ਚ ਰੰਗ ਲੱਗਿਆ ਇੱਕ ਦੇ ਸਾਥ ਆ ਜਾਏ ਅਤੇ ਪਤਾ ਨਹੀਂ ਯਾਰ ਖਣੀ ਉੱਡੇ ਹੀ ਅੱਜ ਹੈ ਕਿ ਪਤਾ ਨਹੀਂ ਮੈਂ ਦੇਖੇ ਹੀ ਅੱਜ ਹੈ ਮੈਨੂੰ ਲੱਗਦਾ ਬਾਕੀ ਯਾਰ ਨਹੀਂ ਉੱਡਦੇ ਹੁੰਦੇ ਤਾਂ ਆਪਣੀ ਕਬੂਤਰ ਬਚ ਜਾਂਦੀ ਤਾਂ ਨਿਗਾਹ ਪੈ ਹੀ ਜਾਂਦੀ ਕਬੂਤਰਾਂ 'ਤੇ ਕਬੂਤਰ ਅੱਜ ਹੀ ਆ ਯਾਰ 3 ਕਬੂਤਰ ਫਿਰਦੇ ਆ ਘੱਟੋ ਘੱਟ ਨਵੇਂ ਆਪਣੇ ਪਿੰਡ 'ਚ ਇੱਕ ਹੋ ਮੇਰੇ ਨਹੀਂ ਉਹ ਤਾਂ ਚਿੜੀ ਹੈ ਉਹ ਤਾਂ ਚਿੜੀਆਂ ਹੈ ਯਾਰ ਅਤੇ ਚਲੋ ਛੱਡੋ ਸੱਚ ਹਾਂ ਇੱਕ ਨਵਾਂ ਬੱਚਾ ਵੀ ਫੜ ਰੱਖਿਆ ਬਰੋ ਆਪਾਂ ਉਹ ਬੱਚਾ ਨਹੀਂ ਇਹ ਕੋਈ ਪਿੰਡ 'ਚੋਂ ਫੜਾ ਕੇ ਗਿਆ ਆਪਾਂ ਉੱਪਰ ਨਹੀਂ ਫੜਦੇ ਹੁੰਦੇ ਤੁਹਾਨੂੰ ਪਤਾ ਆਪਣੇ ਦਾ ਕੰਨੀ ਹੱਥ ਲੱਗਿਆ ਹੈ ਨਾ ਉਹ ਬੈਠਾ
ਇਹ ਕੋਈ ਗੱਲ ਨਹੀਂ, ਇਹਦੂ ਅਗਲੀ ਵੀਡੀਓ 'ਚ ਦਿਖਾਵਾਂਗੇ ਇਹਦੇ ਬਾਰੇ ਵੀ ਕਿਹਦਾ ਕੁਛ ਹੈ, ਕੀ ਹਿਸਾਬ ਕਿਤਾਬ ਹੈ। ਨਹੀਂ ਚੱਲ ਦੇਖ ਹੀ ਲਓ ਯਾਰ, ਜੇ ਕਿਸੇ ਭਰਾ ਦਾ ਹੁੰਦਾ ਨਾ ਕਈ ਵਾਰੀ ਬਈ, ਅਤੇ ਆਪਦਾ ਕਰ ਲਓ ਚੈੱਕ, ਹੈ ਨਾ। ਗੁਲਾਬੀ ਟੂਸਾ ਇਕੱਲਾ ਇਹਦਾ, ਬਾਕੀ ਨਿਸ਼ਾਨੀ ਨਿਸ਼ਾਨੀ ਦੱਸ ਕੇ ਜੇ ਕਿਸੇ ਭਰਾ ਦਾ ਹੋਇਆ ਤਾਂ ਆਪਣੇ ਤੋਂ ਲਿਜਾ ਸਕਦਾ, ਕੋਈ ਚੱਕਰ ਨਹੀਂ, ਆਪਾਂ ਨਹੀਂ ਰੱਖਣਾ, ਠੀਕ ਹੈ ਬ੍ਰੋ? ਅਤੇ ਓਕੇ ਬਾਬੇ, ਬਸ ਕਰ ਦਈਏ ਵਲੌਗ ਦੀ ਐਂਡਿੰਗ। ਕੱਲ੍ਹ ਚੱਕਰੀਏ, ਕੱਲ੍ਹ ਮੈਂ ਥੋੜ੍ਹਾ ਜਿਹਾ ਬਿਜ਼ੀ ਸੀਗਾ ਯਾਰ, ਪਤਾ ਨਹੀਂ ਲੱਗਾ ਕੀ ਕੁਛ ਹੋਊਗਾ, ਵਾਰਦਾਤ ਹੋਈ ਸੀ ਤਾਂ ਕਰਕੇ ਨਾ ਮੈਂ ਵਲੌਗ ਦੀ ਐਂਡਿੰਗ ਕੀਤੀ ਨੀਗੀ, ਠੀਕ ਹੈ ਕਿ ਨਹੀਂ? ਬਾਕੀ ਸਮਝ ਜਾ ਕਰੋ। ਓਕੇ ਜੀ, ਬਾਏ ਬਾਏ, ਲਵ ਯੂ ਸਾਰਿਆਂ ਨੂੰ, ਫਿਰ ਮੈਂ ਅਗਲੀ ਵੀਡੀਓ 'ਚ ਮਿਲਦੇ ਹਾਂ।